ਸ਼੍ਰੋਮਣੀ ਅਕਾਲੀ ਦਲ ਦੀ ਇੱਕ ਬੈਠਕ ਅੰਮ੍ਰਿਤਸਰ ਵਿਖੇ ਹੋਈ, ਜਿਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪਾਰਟੀ ਦੇ ਹੋਰ ਸੀਨੀਅਰ ਨੇਤਾ ਮੌਜੂਦ ਹੋਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਜਾਣਕਾਰੀ ਦਿੱਤੀ ਕਿ ਇਹ ਬੈਠਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੀਤੇ ਜਾਣ ਵਾਲੇ ਸਮਾਗਮਾਂ ਸੰਬੰਧੀ ਕੀਤੀ ਗਈ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਕਰਤਾਰਪੁਰ ਕੋਰੀਡੋਰ ਤੇ ਸ਼ੱਕ ਜਤਾਉਣ ਵਾਲੇ ਬਿਆਨ ਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਹੀਂ ਚਾਹੁੰਦੇ ਕਿ ਕਰਤਾਰਪੁਰ ਕੋਰੀਡੋਰ ਖੁੱਲੇ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਇਸ ਬੈਠਕ 'ਚ ਬਿਕਰਮ ਸਿੰਘ ਮਜੀਠੀਆ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕਾਂਗਰਸ ਨਹੀਂ ਚਾਹੁੰਦੀ ਕਿ ਪ੍ਰੋਗਰਾਮ ਇੱਕ ਸਟੇਜ ਤੇ ਮਨਾਇਆ ਜਾਵੇ, ਜਦੋਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਵੀ ਇਸ ਨੂੰ ਲੈ ਕੇ ਸਾਫ਼ ਕਰ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਂਗਰਸ ਵੱਲੋਂ ਹੁਕਮ ਨਾ ਮੰਨਣਾ ਬਹੁਤ ਹੀ ਮਾੜੀ ਗੱਲ ਹੈ। ਆਪਣਾ 550 ਸਾਲ ਦੀ ਸੈਲੀਬ੍ਰੇਸ਼ਨ ਗੁਰੂ ਨਾਨਕ ਪਾਤਸ਼ਾਹ ਜੀ ਜਨਮ ਦਿਨ ਦੀ ਹੋ ਰਹੀ ਹੈ, ਉਹਦੇ ਸੰਬੰਧ ਵਿੱਚ ਸਾਰੇ ਅਰੇਂਜਮੈਂਟ ਸੀ, ਕੀ ਕਰਨਾ, ਕਿੱਥੇ ਕਿੱਥੇ ਕਮੀਆਂ, ਕੋਈ ਚੀਜ਼ਾਂ ਦੀ ਲੋੜ ਹੈ, ਉਹ ਪਾਰਟੀ ਤਰਫੋਂ ਸਾਡੀ ਮੀਟਿੰਗ ਰਹੀ ਹੈ। ਕੈਪਟਨ ਸਾਹਿਬ ਦੀ ਸਟੇਟਮੈਂਟ ਆਈ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਖੋਲਣਾ ISI ਦੀ ਸਾਜ਼ਿਸ਼ ਹੈ। ਮੈਨੂੰ ਬੜਾ ਦੁੱਖ ਹੁੰਦਾ ਜਦੋਂ ਕੈਪਟਨ ਸਾਹਿਬ ਇਹ ਜੀ ਗਲਤ ਸਟੇਟਮੈਂਟ ਦਿੰਦੇ ਹੈ। ਦੇਖੋ, ਬੜੇ ਪਰਮਾਤਮਾ ਦੀ ਮਿਹਰ ਹੋਈ ਹੈ, ਬਖਸ਼ਿਸ਼ ਹੋਈ ਹੈ, ਹਰ ਸਿੱਖ ਦੀ ਅਰਦਾਸ ਪੂਰੀ ਹੋਈ ਹੈ, ਅਤੇ ਆਹ ਤਾਂ ਐਂ ਲੱਗਦਾ ਜਿਵੇਂ ਉਹਨਾਂ ਦੀ ਹੁਣ ਮਨ ਬਣਾ ਲਿਆ ਕਿ ਇਹਨੂੰ ਲਾਂਘਾ ਖੋਲਣ ਨਹੀਂ ਦੇਣਾ। ਸੋ ਇਹ ਜੀ ਗਲਤ ਸਟੇਟਮੈਂਟ ਉਸ ਟਾਈਮ ਦੇਣੀ ਜਦੋਂ ਸਾਰੀ ਕੌਮ ਦੀ ਅਰਦਾਸ ਪੂਰੀ ਹੋਈ ਹੈ, ਅਤੇ ਇਹ ਜੀ ਸਟੇਟਮੈਂਟ ਦੇਣੀ, ਉਹ ਸ਼ੋਭਾ ਨਹੀਂ ਦਿੰਦਾ ਉਹਨੂੰ। ਇੱਕ ਪਾਸੇ ਡੇਰਾ ਬਾਬਾ ਨਾਨਕ ਦੀ ਦੋ ਸਟੇਜਾਂ ਲੱਗ ਰਹੀਆਂ, ਸ਼੍ਰੋਮਣੀ ਕਮੇਟੀ ਦੀ ਗਲਤੀ ਸਰ, ਮੈਂ ਇਸ ਵਿਵਾਦ 'ਚ ਪੈਣਾ ਨਹੀਂ ਚਾਹੁੰਦਾ, ਕਿਉਂਕਿ ਵਾਰ ਵਾਰ ਕਾਂਗਰਸ ਦੇ ਮਨ 'ਚ ਇੱਕੋ ਹੀ ਬਾਦਲ ਫੋਬੀਆ ਹੋਇਆ ਪਿਆ, ਕੁਛ ਵੀ ਹੋਏ ਬਾਦਲ ਬਾਦਲ ਬਾਦਲ। ਉਹਨਾਂ ਨੂੰ ਬਾਦਲ ਪਰਿਵਾਰ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਇੰਨਾ ਡਰ ਲੱਗਿਆ ਪਿਆ ਕਿ ਉਹਨਾਂ ਨੂੰ ਦੇਖ ਲਿਆ ਕਿ ਉਹਨਾਂ ਦੇ ਥੱਲੋਂ ਜ਼ਮੀਨ ਹਿੱਲ ਗਈ ਹੈ, ਜੋ ਝੂਠੇ ਵਾਅਦੇ ਕਰਕੇ, ਜੋ ਡਰਾਮੇ ਕਰਕੇ ਉਹਨਾਂ ਨੇ ਸਰਕਾਰ ਬਣਾਈ ਸੀ, ਹੁਣ ਲੋਕ ਉਹਨਾਂ ਨੂੰ ਬੁਰਾ ਗਾਲਾਂ ਕੱਢਦੇ ਆ। ਸੋ ਹੁਣ ਹਰ ਚੀਜ਼ 'ਚ ਉੱਤੇ ਬਾਦਲ ਪਰਿਵਾਰ, ਬਾਦਲ ਪਰਿਵਾਰ, ਉਹਨਾਂ ਨੂੰ ਹੋਰ ਕੋਈ ਦਿਖਦਾ ਹੀ ਨਹੀਂ। ਕਾਂਗਰਸ ਕਹਿੰਦੀ ਅਸੀਂ ਅਕਾਲ ਤਖ਼ਤ ਸਾਹਿਬ ਤੇ ਛੱਡਿਆ ਜੀ, ਜੋ ਫੈਸਲਾ ਕਰਨਗੇ ਸਟੇਜ ਬਾਰੇ ਆਪਾਂ। ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੇ ਫੈਸਲਾ ਦੇ ਦਿੱਤਾ ਹੈ, ਪਰ ਦੁੱਖ ਹੈ ਕਿ ਕਾਂਗਰਸ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ ਫੈਸਲਾ ਮੰਨਣ ਨੂੰ ਤਿਆਰ ਨਹੀਂ। ਦੇਖੋ, ਕਿਸੇ ਸਿਆਣੇ ਬੰਦੇ ਦਾ ਸਵਾਲ ਮੈਨੂੰ ਪੁੱਛੋਗੇ ਤਾਂ ਮੈਂ ਉਹਦਾ ਜਵਾਬ ਦੇ ਸਕਦਾ। ਆਈ ਥਿੰਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਉਹਨਾਂ ਦੇ ਮੁਕਾਬਲੇ ਤੋਂ ਕੋਈ ਗੱਲ ਨਿਕਲੀ, ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਨੇ, ਉਹ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਆ ਕਿ ਜਦ ਅਕਾਲ ਤਖ਼ਤ ਸਾਹਿਬ ਵੱਲੋਂ ਕੋਈ ਵੀ ਹੁਕਮਨਾਮਾ ਆਵੇ, ਹੁਕਮ ਆਵੇ, ਉਹਨੂੰ ਸਤਿਵਚਨ ਕਰਕੇ ਮੰਨਣਾ ਚਾਹੀਦਾ। ਔਰ ਜਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਇਹ ਗੱਲ ਸਪਸ਼ਟ ਕਰਤੀ ਕਿ ਇੱਕ ਸਟੇਜ ਲੱਗਣੀ ਚਾਹੀਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਸਟੇਜ ਲਾਊਗੀ, ਉਸ ਗੱਲ ਨੂੰ ਧਿਆਨ 'ਚ ਰੱਖਦਿਆਂ ਦੇਸ਼ ਦੀ ਸਰਕਾਰ, ਦੇਸ਼ ਦੇ ਪ੍ਰਧਾਨ ਮੰਤਰੀ ਉਹਨੂੰ ਸੀਸ ਨਿਵਾਉਂਦੇ ਹੋਏ, ਉਸ ਗੱਲ ਨੂੰ ਸਤਿਵਚਨ ਕਰਦੇ ਹੋਏ ਉਹਨਾਂ ਨੇ ਉਸ ਗੱਲ ਨੂੰ ਮੰਨਿਆ। ਮਗਰ ਜਿਹੜੇ ਇੰਦਰਾ ਗਾਂਧੀ ਦੇ ਪੈਰੋਕਾਰ ਨੇ ਕਾਂਗਰਸ ਪਾਰਟੀ, ਜਿਹੜਾ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਰਿਹਾ ਕਿ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕਰਨਾ, 84 ਦੀ ਵੀ ਜਿਹੜੀ ਸਾਰੀ ਕਾਰਗੁਜ਼ਾਰੀ ਸੀ ਉਹ ਸਿਰਫ ਇਸ ਲਈ ਟੈਂਕਾਂ, ਤੋਪਾਂ, ਗੋਲਿਆਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਕੀਤਾ ਸੀ ਕਿ
ਸਿੱਖਾਂ ਦੀ ਗੁਰੂ ਨਾਨਕ ਨਾਮ ਲੇਵਾ ਦੀ ਜਿਹੜੀ ਮਾਨਸਿਕਤਾ ਉਹਨੂੰ ਸੱਟ ਪਹੁੰਚਾਈ ਜਾਵੇ। ਉੱਥੇ ਅਰਦਾਸ ਕੀ ਹੁੰਦੀ ਹੈ? ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਤੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੋਵੇ, ਇੱਕੋ ਹੀ ਪ੍ਰਧਾਨ ਮੰਤਰੀ ਹੋਈ ਹੈ ਇੰਦਰਾ ਗਾਂਧੀ ਕਾਂਗਰਸ ਦੀ, ਜਿਹਨੇ ਆਜ਼ਾਦ ਦੇਸ਼ 'ਚ ਆਪਣੇ ਜਿੱਥੇ ਗੁਰੂ ਧਾਮ ਨੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੋਵੇ ਉਹਨੂੰ ਅਟੈਕ ਕੀਤਾ। ਕਿਉਂ ਕੀਤਾ? ਉਹੀ ਮਾਨਸਿਕਤਾ ਅੱਜ ਸੁੱਖੀ ਰੰਧਾਵਾ 'ਚ ਜਾਂ ਉਹਨਾਂ ਦੇ ਬਜ਼ੁਰਗ 'ਚ ਜਾਂ ਉਹਨਾਂ ਦੀ ਕਾਂਗਰਸ ਪਾਰਟੀ 'ਚ ਦੇਖਣ ਨੂੰ ਮਿਲ ਰਹੀ ਹੈ, ਜਿਹੜੀ ਅਫਸੋਸ ਦੀ ਗੱਲ ਹੈ। ਨਿਰਪੱਖ ਪੋਸਟ ਲਈ ਅੰਮ੍ਰਿਤਸਰ ਤੋਂ ਭਰਤ ਸ਼ਰਮਾ ਦੀ ਰਿਪੋਰਟ।